ਅੱਜ ਪੰਜਾਬ ਪੁਲਿਸ ਵੱਲੋਂ ਸਟੇਟ ਵਾਈਡ ਆਪਰੇਸ਼ਨ ਵਿਜਿਲ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਇੱਕ ਮਲਟੀ ਪ੍ਰੋਂਗਡ ਚੈਕਿੰਗ ਤੇ ਏਰੀਆ ਡੋਮੀਨੇਸ਼ਨ ਆਪਰੇਸ਼ਨ ਕੀਤਾ ਜਾ ਰਿਹਾ ਹੈ। ਅਸੀਂ ਰੇਲਵੇ ਸਟੇਸ਼ਨ, ਬੱਸ ਸਟੈਂਡ ਦੀ ਚੈਕਿੰਗ, ਪਬਲਿਕ ਪਲੇਸਿਸ, ਬਾਜ਼ਾਰਾਂ ਦੀ ਚੈਕਿੰਗ, ਨਾਕੇ ਲਾ ਕੇ ਵਹੀਕਲਸ ਦੀ ਚੈਕਿੰਗ ਕੀਤੀ ਜਾ ਰਹੀ ਹੈ, ਅਰਲੀ ਮਾਰਨਿੰਗ ਹੋਟਲਸ ਸਰਾਵਾਂ ਦੀ ਚੈਕਿੰਗ ਕੀਤੀ ਜਾਊਗੀ। ਸੋ ਇੱਕ ਸਟੈਪ ਵਾਈਜ਼ ਵੇਰੀਅਸ ਫੇਜ਼ਸ ਦੇ ਵਿੱਚ ਅਸੀਂ ਇਹ ਆਪਰੇਸ਼ਨ 2 ਦਿਨਾਂ ਤੱਕ ਕਰਾਂਗੇ, ਟੁਡੇ ਐਂਡ ਟੁਮੋਰੋ। ਸੀਨੀਅਰ ਆਫਿਸਰਸ ਜਿਹੜੇ ਪੰਜਾਬ ਪੁਲਿਸ ਦੇ ਹੈਗੇ, ADGP IG ਰੈਂਕ ਦੇ ਆਫਿਸਰਸ ਨੂੰ ਅਸੀਂ ਡਿਸਟ੍ਰਿਕਟਸ ਅਲਾਟ ਕੀਤੇ ਹੈਗੇ, ਤੇ ਸੋ ਦੈਟ ਹਰ ਡਿਸਟ੍ਰਿਕਟ ਦੇ ਵਿੱਚ ਸੀਨੀਅਰ ਆਫਿਸਰਸ ਇਸ ਆਪਰੇਸ਼ਨ ਨੂੰ ਆਪ ਸੁਪਰਵਾਈਜ਼ ਕਰ ਰਹੇ ਹੈਗੇ। ਦਾ ਮੇਨ ਏਮ ਇਜ਼ ਟੂ ਫੋਲਡ। ਇੱਕ ਤਾਂ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈਗੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਅਸੀਂ ਦੇਖਿਆ ਕਿ ਅਚਨਚੇਤ ਚੈਕਿੰਗ ਦੇ ਵਿੱਚ ਰਿਕਵਰੀਜ਼ ਹੁੰਦੀ ਹੈ, ਕਾਫੀ ਕੁਝ ਸਾਡੇ ਹੱਥ ਵਿੱਚ ਲੱਗਦਾ ਹੈ। ਤੇ ਸੈਕੰਡਲੀ, ਪਬਲਿਕ ਦੇ ਵਿੱਚ ਕੌਨਫੀਡੈਂਸ ਬਿਲਡਿੰਗ, ਪੁਲਿਸ ਦੀ ਜਿਹੜੀ ਮੂਵਮੈਂਟ ਹੈਗੀ, ਪੁਲਿਸ ਦੀ ਐਕਟੀਵਿਟੀ ਤੋਂ ਜਿਹੜਾ ਇੱਕ ਪ੍ਰੈਸ਼ਰ ਹੈਗਾ ਉਹ ਅਸੀਂ ਮੇਨਟੇਨ ਕਰਨਾ ਚਾਹੁੰਦੇ ਹਾਂ। ਮੈਂ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ, ਜਿਹੜਾ ਭਾਈਚਾਰਾ ਹੈਗਾ ਉਸ ਨੂੰ ਬਰਕਰਾਰ ਰੱਖਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੋਂ ਕਮਿਟਡ ਹੈਗੀ। ਵੀ ਵਿਲ ਮੇਨਟੇਨ ਦੀ ਹਾਰਡ ਅਰਨਡ ਪੀਸ ਇਨ ਪੰਜਾਬ। ਇਹ ਬਹੁਤ ਸੀ ਤਾਕਤਾਂ ਹੈਗੀਆਂ ਜਿਹੜੇ, ਸਿੰਸ ਪੰਜਾਬ ਇਜ਼ ਅ ਸੈਂਸਿਟਿਵ ਬਾਰਡਰ ਸਟੇਟ, ਜਿਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮਿਸਚਿਫ ਕੀਤੀ ਜਾਵੇ। ਸੋ ਪੰਜਾਬ ਪੁਲਿਸ ਇਸ ਤਰ੍ਹਾਂ ਦੇ ਅਨਸਰਾਂ ਦੀ ਮਿਸਚਿਫ ਨੂੰ ਕਦੇ ਵੀ ਕਾਮਯਾਬ ਨਹੀਂ ਹੁੰਦੇ ਵਾਲੇ। ਸੋ ਇਹ ਜਿਹੜਾ ਅੰਮ੍ਰਿਤਸਰ ਇੰਸੀਡੈਂਟ ਹੋਇਆ, ਇਸ ਨੂੰ ਅਸੀਂ ਪੂਰੀ ਤਰ੍ਹਾਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ। ਜਿਵੇਂ ਮੈਂ ਕੱਲ੍ਹ ਅੰਮ੍ਰਿਤਸਰ ਗਿਆ ਸੀਗਾ, ਉੱਥੇ ਵੀ ਮੈਂ ਦੱਸਿਆ ਸੀ ਕਿ ਸਾਨੂੰ ਹਜੇ ਤੱਕ ਉੱਥੇ ਕੋਈ ਡੈਟੋਨੇਟਰ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਮਿਲੀ ਹੈ। ਸਾਡੀ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ, ਪ੍ਰਿਲਿਮਨਰੀ ਇਨਵੈਸਟੀਗੇਸ਼ਨ ਤੋਂ ਲੱਗਦਾ ਹੈ ਇਟ ਇਜ਼ ਅ ਲੋ ਐਕਸਪਲੋਸਿਵ। ਅਸੀਂ ਸਾਰੇ ਐਂਗਲਸ ਤੋਂ ਜਾਂਚ ਕਰ ਰਹੇ ਹੈਗੇ ਕਿ ਕਿਸੇ ਦੀ ਮਿਸਚਿਫ ਹੈਗੀ, ਕੋਈ ਟੈਰਰ ਐਂਗਲ ਹੈ ਜਾਂ ਕਿਸੇ ਦਾ ਕੋਈ ਪਰਸਨਲ ਮੋਟਿਵ ਹੈ। ਸੋ ਥੋਰਲੀ ਇਨਵੈਸਟੀਗੇਟ ਕਰਕੇ ਅਸੀਂ ਪਿੱਛੇ ਵੀ ਰੀਸੈਂਟ ਪਾਸਟ ਦੇ ਵਿੱਚ ਜਿੰਨੇ ਵੀ ਇੰਸੀਡੈਂਟਸ ਹੋਏ ਆ ਅਸੀਂ ਟਰੇਸ ਕੀਤੇ ਹੈ, ਅਸੀਂ ਸਾਰੇ ਇੰਸੀਡੈਂਟਸ ਨੂੰ ਟਰੇਸ ਕਰਾਂਗੇ। ਨਹੀਂ, ਕਈ ਏਜੰਸੀਜ਼, ਦੇਖੋ ਜੀ ਸਾਡਾ ਸਾਰੀ ਏਜੰਸੀਜ਼ ਦੇ ਨਾਲ ਤਾਲਮੇਲ ਹੈ। ਇਨਵੈਸਟੀਗੇਸ਼ਨ ਇਜ਼ ਬੀਂਗ ਕੰਡਕਟਡ ਬਾਈ ਪੰਜਾਬ ਪੁਲਿਸ, ਬਟ ਪੰਜਾਬ ਪੁਲਿਸ ਸਾਰੀ ਏਜੰਸੀਜ਼ ਦੀ ਹੈਲਪ ਲੈ ਰਹੀ ਹੈ। ਜਿਵੇਂ NSG ਦੀ ਟੀਮ, ਉਹਨਾਂ ਦੀ ਸਪੈਸ਼ਲਾਈਜੇਸ਼ਨ ਹੁੰਦੀ ਹੈ ਬਲਾਸਟ ਇਨਵੈਸਟੀਗੇਸ਼ਨ, ਨੈਸ਼ਨਲ ਸਿਕਿਉਰਿਟੀ ਗਾਰਡਸ, ਸੋ ਉਹਨਾਂ ਦੀ ਵੀ ਟੀਮ ਆਈ ਹੈ, ਫੋਰੈਂਸਿਕ ਸਾਇੰਸ ਲੈਬੋਰੇਟਰੀ ਦੀ ਟੀਮ ਆਈ ਹੈ, NIA। ਸੋ ਇੱਕ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਜਿਹੜਾ ਹੈਗਾ ਅਸੀਂ ਪਤਾ ਕਰਨਾ ਚਾਹੁੰਦੇ ਕਿ ਹੋਇਆ ਕੀ ਸੀਗਾ, ਫੈਕਟਸ ਕੀ ਹੈਗਾ। ਚੈਕਿੰਗ ਦੌਰਾਨ ਮਲਟੀ ਪ੍ਰੋਂਗ, ਜਿਵੇਂ ਮੈਂ ਕਿਹਾ ਸੀਗਾ, ਅਸੀਂ ਬਾਜ਼ਾਰਾਂ ਦੀ ਚੈਕਿੰਗ ਕਰਾਂਗੇ, ਰੇਲਵੇ ਸਟੇਸ਼ਨ, ਬੱਸ ਸਟੈਂਡ ਦੀ ਚੈਕਿੰਗ ਕਰਾਂਗੇ, ਅਸੀਂ ਅਰਲੀ ਮਾਰਨਿੰਗ ਹੋਟਲਸ ਦੀ ਚੈਕਿੰਗ ਕਰਾਂਗੇ। ਸੋ ਨਾਕੇ ਲਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾਊਗੀ, ਸੋ ਦੈਟ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਤੇ ਦਬਿਸ਼ ਬਣਾਈ ਜਾਵੇ। ਸਰ, ਕਟਾਰੂ ਚੱਕ ਦੇ ਮਾਮਲੇ ਵਿੱਚ ਇੱਕ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ, ਇਹਨੂੰ ਟਾਈਮ ਆਊਟ ਕੀਤਾ ਗਿਆ ਜੀ, ਕਿੰਨੀ ਦੇਰ ਤੱਕ ਆਪਣਾ ਰਿਪੋਰਟ? ਅਸੀਂ ਐਸ ਪਰ ਲਾਅ ਐਂਡ ਡਾਇਰੈਕਸ਼ਨਸ ਅਸੀਂ ਆਪਣਾ ਕੰਮ ਕਰਾਂਗੇ, ਲਾਅ ਵਿਲ ਟੇਕ ਇਟਸ ਕੋਰਸ। ਸਰ, ਕੋਈ ਟਾਈਮ ਆਊਟ ਨਹੀਂ ਹੈ? ਲਾਅ ਵਿਲ ਟੇਕ ਇਟਸ ਕੋਰਸ। ਸਰ, ਕੱਲ ਇਲੈਕਸ਼ਨ ਹੈ ਜਲੰਧਰ ਦੇ ਵਿੱਚ, ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਉੱਥੇ? ਅਸੀਂ ਜਲੰਧਰ ਇਲੈਕਸ਼ਨ ਲਈ ਬਹੁਤ ਹੀ ਇਲੈਬੋਰੇਟ ਅਰੇਂਜਮੈਂਟਸ ਕੀਤੇ ਹੈਗੇ, ਪੈਰਾਮਿਲਟਰੀ ਫੋਰਸ ਦੀ 60 ਕੰਪਨੀਆਂ ਡਿਪਲੋਏ ਕੀਤੀ ਗਈ ਹੈ। ਸੋ ਅਸੀਂ ਪੰਜਾਬ ਦੇ ਜਲੰਧਰ ਦੇ ਵਿੱਚ ਪੀਸਫੁਲੀ ਇਲੈਕਸ਼ਨ ਕਰਾਵਾਂਗੇ। ਅਸੀਂ ਇੰਟਰ ਡਿਸਟ੍ਰਿਕਟ ਜਿਹੜੇ ਬਾਰਡਰਸ ਹੈਗੇ ਉਹ ਸੀਲ ਕਰਤੇ ਗਏ ਹੈਗੇ, ਇਲੈਕਸ਼ਨ ਕਮਿਸ਼ਨ ਦੀ ਸਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੀਸਫੁਲੀ ਇਲੈਕਸ਼ਨ ਕਰਾਈ ਜਾਊਗੀ। ਸਰ, ਆਈ ਐਮ ਕਮਿੰਗ ਬੈਕ ਟੂ ਅੰਮ੍ਰਿਤਸਰ। ਦੇਖੋ ਜੀ, ਵੇਰੀਅਸ ਐਂਗਲਸ, ਐਜ਼ ਆਈ ਸੈਡ,
ਪ੍ਰੀਲਿਮਨਰੀ ਇਨਵੈਸਟੀਗੇਸ਼ਨ ਸ਼ੋਅ ਕਰਦੀ ਹੈ ਕਿ ਲੋ ਐਕਸਪਲੋਸਿਵ ਯੂਜ਼ ਹੋਇਆ। ਨੋ ਆਈ ਵੁੱਡ ਨਾਟ ਸਪੈਕੂਲੇਟ, ਅੰਮ੍ਰਿਤਸਰ 'ਚ ਕਈ ਏਰੀਆ ਹੈਗੇ ਜਿਵੇਂ ਅਨਗੜ੍ਹ ਹੈ ਕਈ ਜਿੱਥੇ ਸੱਚ ਐਕਸਪਲੋਸਿਵਸ ਆਰ ਈਜ਼ਲੀ ਅਵੇਲੇਬਲ। ਸੋ ਅਸੀਂ ਇੱਕ ਥਿਊਰੀ 'ਤੇ ਇਸ 'ਤੇ ਕੰਮ ਕਰ ਰਹੇ ਹਾਂ ਕਿ ਜਿਵੇਂ ਪੋਟੈਸ਼ੀਅਮ ਜਿਹੜਾ ਸਲਫਾਸ ਹੁੰਦਾ, ਪੋਟੈਸ਼ੀਅਮ ਕਲੋਰੇਟ ਹੁੰਦਾ, ਉਹਦਾ ਮਿਕਸਚਰ ਹੈਗਾ, ਉਹ ਧਮਾਕਾ ਬਹੁਤ ਕਰਦਾ, ਸ਼ਾਰਪਨਰ ਕੋਈ ਨਹੀਂ ਸੀਗੇ। ਸੋ ਦੇਰ ਵਾਜ਼ ਨੋ ਸ਼ਾਰਪਨਰ ਫਾਊਂਡ, ਇੱਕ ਸੋਫਟ ਕੰਟੇਨਰ, ਕੰਟੇਨਰ ਦੇ ਅੰਦਰ ਐਕਸਪਲੋਸਿਵ ਭਰ ਕੇ ਉਸਨੂੰ ਕਿਸੇ ਰੱਸੇ ਤੋਂ ਜਿਵੇਂ ਖਿੱਚਿਆ ਗਿਆ ਸੀ। ਸੋ ਦਿਸ ਇਜ਼ ਅ ਵੈਰੀ ਕਰੂਡ ਕਾਇੰਡ ਆਫ ਐਨ ਐਕਸਪਲੋਜਨ। ਸੋ ਅਸੀਂ ਇਹਨੂੰ ਸਾਇੰਟੀਫਿਕਲੀ ਇਨਵੈਸਟੀਗੇਟ ਕਰ ਰਹੇ ਹਾਂ। ਸਰ ਕੋਈ ਟੈਰਰਿਸਟ ਐਂਗਲ, ਕੋਈ ਟੈਰਰਿਸਟ ਐਂਗਲ ਇਸ ਮਾਮਲੇ ਦੇ ਵਿੱਚ? ਵੀ ਡੋਂਟ ਰੂਲ ਆਊਟ ਐਨੀ ਐਂਗਲ, ਅਸੀਂ ਇਨਵੈਸਟੀਗੇਟ ਕਰਾਂਗੇ ਸਾਰੇ ਐਂਗਲਸ। ਜਿਵੇਂ ਮੈਂ ਕਿਹਾ ਮਿਸਚਿਫ ਦਾ ਐਂਗਲ ਹੈ, ਜਾਂ ਕਿਸੇ ਦੀ ਕੋਈ ਪਰਸਨਲ ਰੰਜਿਸ਼ ਕਰਕੇ ਕੁਛ ਕਰਤਾ ਗਿਆ ਹੋਵੇ, ਟੈਰਰਿਸਟ ਐਂਗਲ ਹੋਵੇ, ਐਨੀ ਸੋਰਟ ਆਫ ਐਂਗਲ ਵਿਲ ਬੀ ਲੁਕਡ ਇਨਟੂ ਥੋਰਨਲੀ। ਸਰ ਕਿਸੇ ਨੇ ਜ਼ਿੰਮੇਵਾਰੀ ਲਈ ਹਾਲੇ ਤੱਕ ਇਸ ਮਾਮਲੇ?